ਸਤਿ ਸ਼੍ਰੀ ਅਕਾਲ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਦੋਸਤੋ ਕਿ ਗਰਮੀ ਦਾ ਜਿਹੜਾ ਸੀਜ਼ਨ ਚੱਲਦਾ ਪਿਆ, ਇਸ ਵਾਰ ਜਿਹੜਾ ਟੈਂਪਰੇਚਰ ਹੈ ਬੜਾ ਹਾਈ ਆ, ਹੈ ਨਾ। ਕੋਈ ਹਰੇਕ ਜੀਵ ਹੈ, ਜੰਤੂ ਹੈ, ਪਸ਼ੂ ਹੈ, ਪੰਛੀ ਹੈ, ਹਰੇਕ ਨੂੰ ਜੇ ਇਸ ਸਮੇਂ ਦੇ ਵਿੱਚ ਲੋੜ ਹੈ ਉਹ ਸਿਰਫ ਠੰਡੇ ਪਾਣੀ ਦੀ। ਉਹ ਠੰਡਾ ਪਾਣੀ ਭਾਲਦਾ ਕਿ ਜਦੋਂ ਵੀ ਕੋਈ ਜਾਂਦਾ। ਇਹ ਅਸੀਂ ਖੜ੍ਹੇ ਹਾਂ ਮਹਾਲਮ ਸਟੇਸ਼ਨ 'ਤੇ। ਬੜਿਆਂ ਨੇ ਮੈਨੂੰ ਇਹ ਚੀਜ਼ਾਂ ਦੱਸੀਆਂ ਸੀ ਕਿ ਇੱਥੇ ਠੰਡੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈਗੀ। ਇੱਥੇ ਆਪਾਂ ਰਾਜਸਥਾਨ ਦੇਖੀਦਾ ਹੁੰਦਾ ਸੀ ਕਿ ਉੱਥੇ ਘੜੇ ਭਰ ਕੇ ਰੱਖੇ ਜਾਂਦੇ ਸੀ, ਉੱਥੇ ਪਾਣੀ ਦੀ ਕਿੱਲਤ ਹੁੰਦੀ ਸੀ, ਘਾਟ ਹੁੰਦੀ ਸੀ। ਪਰ ਵੇਖੋ, ਇੱਥੇ ਵੀ ਸਰਕਾਰ ਨੇ ਜਿਹੜੇ ਮੁਹੱਈਆ ਕਰਵਾਏ ਨੇ ਸਿਰਫ ਔਰ ਸਿਰਫ ਇਹ ਪਾਣੀ ਪੀਣ ਵਾਸਤੇ। ਪਹਿਲੀ ਗੱਲ ਤਾਂ ਸਰਕਾਰ ਇੱਦਾਂ ਅਲਾਓ ਹੀ ਨਹੀਂ ਕਰਦੀ ਗੀ ਕਿ ਇੱਦਾਂ ਘੜੇ ਰੱਖੇ ਜਾਣ, ਕੋਈ ਇੱਥੇ ਸੇਫਟੀ ਨਹੀਂ ਜਾਂ ਕੁਝ ਵੀ ਨਹੀਂ ਗੀ, ਹੈ ਨਾ। ਸੋ ਇੱਥੋਂ ਪਾਣੀ ਭਰਨਾ ਅਤੇ ਜਿਹੜੇ ਇੱਥੇ ਟ੍ਰੇਨ 'ਤੇ ਜਾਣ ਵਾਲੇ ਨੇ, ਸਫ਼ਰ ਕਰਨ ਵਾਲੇ ਨੇ, ਉਹਨਾਂ ਇੱਥੋਂ ਹੀ ਪਾਣੀ ਪੀਣਾ, ਹੈ ਨਾ। ਹੋਰ ਇੱਥੇ ਜਿਹੜੇ ਮਤਲਬ ਕਿ ਆਸੇ ਪਾਸੇ ਜਿੱਥੇ ਵੀ ਆਪਾਂ ਦੇਖਾਂਗੇ, ਕਿਤੇ ਵੀ ਇਸ ਤਰ੍ਹਾਂ ਦਾ ਸਾਨੂੰ ਨਜ਼ਰੀਆ ਨਹੀਂ। ਜੇ ਪਿੰਡ ਨੇ, ਇੱਥੋਂ ਪਿੰਡ ਵਾਸੀਆਂ ਨੇ ਅਪਰੋਚ ਕੀਤੀ ਇੱਥੇ ਕਿ ਆਪਾਂ ਕੋਈ ਠੰਡੇ ਪਾਣੀ ਦੀ ਇੱਥੇ ਫਰਿੱਜ ਲਗਾਈ ਜਾਵੇ, ਤਾਂ ਜੋ ਕਈ ਵਾਰੀ ਜਿਹੜੇ ਗੱਡੀ ਟ੍ਰੇਨ ਦਾ ਵੀ ਤੁਹਾਨੂੰ ਹਾਲਾਤ ਵਿਖਾਵਾਂਗੇ ਇੱਥੇ ਕੀ ਨੇ। ਕਿਉਂਕਿ ਜਦੋਂ ਕੋਈ ਬੰਦਾ ਇੱਥੋਂ ਫਿਰੋਜ਼ਪੁਰ ਤੋਂ ਚੱਲਦਾ ਹੈ ਨਾ ਜੀ, ਅਤੇ ਮੇਰੇ ਹਿਸਾਬ ਦੇ ਨਾਲ ਨਾ ਮੱਲਾ ਵਾਲੇ ਨਾ ਬੂਟੇ ਵਾਲੇ, ਅੱਗੇ ਮੇਰੇ ਹਿਸਾਬ ਨਾਲ ਮਖੂ ਵੀ ਜਾ ਕੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ। ਇਸ ਬਾਬਤ ਅਸੀਂ DRM ਸਾਹਿਬ ਦੇ ਨਾਲ ਬੜੀ ਵਾਰਾਂ ਮੈਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਫੋਨ ਅਟੈਂਡ ਹੀ ਨਹੀਂ ਕੀਤਾ ਹੈਗਾ। ਕਾਰਨ ਕੀ ਹੈ, ਕਿੰਨਾ ਕਾਰਨਾਂ ਕਰਕੇ, ਕਿਉਂਕਿ ਹਰੇਕ ਤੁਹਾਨੂੰ ਇੱਥੋਂ ਜਿਹੜੇ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਮਿਲਾਇਆ, ਉਹਨਾਂ ਨੇ ਦੱਸਿਆ ਕਿ ਇੱਥੇ ਪਾਣੀ ਨਹੀਂ। ਹੁਣ ਬੱਚੇ ਵੀ ਹੁੰਦੇ ਨੇ ਛੋਟੇ ਛੋਟੇ, ਹੁਣ ਇਸ ਸਮੇਂ ਦੇ ਵਿੱਚ ਹੁਣ 3:30 ਵਜੇ ਇੱਥੋਂ ਟ੍ਰੇਨ ਨੇ ਗੁਜ਼ਰਨਾ ਅਤੇ ਜਲੰਧਰ ਵੱਲ ਨੂੰ ਜਾਣਾ। ਹੁਣ ਜਿਹੜੇ ਇੱਥੇ ਮੁਸਾਫਰ ਆਏ ਹੋਏ ਨੇ ਉਹਨਾਂ ਨੂੰ ਪਾਣੀ ਦੀ ਲੋੜ ਆ, ਕਿਉਂਕਿ ਇਸ ਸਮੇਂ ਦੇ ਵਿੱਚ ਇੱਕ ਮਿੰਟ ਬਾਅਦ ਜਿਹੜੀ ਪਾਣੀ ਦੀ ਲੋੜ ਪੈਂਦੀ, ਅਤੇ ਇੱਥੇ ਪਾਣੀ ਜਿਹੜਾ ਅਵੇਲੇਬਲ ਹੀ ਨਹੀਂ ਹੈਗਾ। ਸਾਨੂੰ ਸੁਣਨ ਦੇ ਵਿੱਚ ਸਾਡੇ ਸੂਤਰਾਂ ਤੋਂ ਪਤਾ ਲੱਗਾ, ਸੂਤਰਾਂ ਤੋਂ ਪਤਾ ਲੱਗਦਾ ਕਿ ਇੱਥੇ ਜਦੋਂ ਕੁਝ ਲੋਕਾਂ ਨੇ ਜਾਂ ਕਿਸੇ ਨੇ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਗੱਲਬਾਤ ਕੀਤੀ ਹੈ, ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉੱਪਰਲੇ ਅਧਿਕਾਰੀ ਇਜਾਜ਼ਤ ਹੀ ਨਹੀਂ ਦਿੰਦੇਗੇ, ਉੱਪਰ ਵਾਲੇ ਅਧਿਕਾਰੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਇੱਥੇ ਠੰਡੇ ਪਾਣੀ ਦੀ ਕੋਈ ਫਰਿੱਜ ਜਾਂ ਤੁਸੀਂ ਲਗਵਾ ਲਓ, ਪਹਿਲਾਂ ਸਾਨੂੰ ਲਿਖ ਕੇ ਦੇਣਾ ਹੋਏਗਾ। ਦੇਖੋ, ਲੋਕ ਛਬੀਲਾਂ ਲਾਉਂਦੇ ਨੇ ਪਾਣੀ ਦੀਆਂ, ਉਹਦੇ ਕੋਈ ਵੀ ਸਰਕਾਰ ਨਹੀਂ ਕਹਿੰਦੀ ਕਿ ਪਰਮਿਸ਼ਨ ਦੀ ਲੋੜ ਹੈ, ਤੁਸੀਂ ਸੇਵਾ ਕਰਨੀ ਹੈ ਕਿਤੇ ਵੀ ਕਰ ਸਕਦੇ ਹੋ। ਪਰ ਦੇਖੋ, ਇਹ ਕੰਮ ਮਹਿਕਮੇ ਦਾ ਸੀ, ਰੇਲ ਵਿਭਾਗ ਦਾ ਸੀ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਪਿੰਡ ਨੇ ਕਿਹਾ ਕਿ ਅਸੀਂ ਪਾਣੀ ਦੀ ਕੋਈ ਇੱਥੇ ਟੈਂਕੀ ਜਾਂ ਕੋਈ ਇੱਥੇ ਠੰਡੇ ਪਾਣੀ ਦਾ ਕੋਈ ਇਲਾਕਾ ਕਰ ਲੈਂਦੇ ਹਾਂ, ਉਹਨਾਂ ਨੂੰ ਵੀ ਕਹਿੰਦੇ ਕੋਈ ਲੈਟਰ ਲੈ ਕੇ ਆਓ ਜਾਂ ਕੋਈ ਲਿਖਾ ਕੇ ਲਿਆਓ, ਫਿਰ ਤੁਸੀਂ ਕਰ ਸਕਦੇ ਹੋ। ਸੋ ਇੱਥੋਂ ਹੁਣ ਥੋੜ੍ਹੇ ਸਮੇਂ ਤੱਕ ਟ੍ਰੇਨ ਗੁਜ਼ਰਨ ਵਾਲੀ, ਮੈਂ ਕੋਸ਼ਿਸ਼ ਕਰਾਂਗਾ ਮੁਸਾਫਰਾਂ ਦੇ ਨਾਲ ਵੀ ਕੋਈ ਰਾਬਤਾ ਕਰਕੇ ਉਹਨਾਂ ਤੋਂ ਵੀ ਇਸ ਮੁਸ਼ਕਲ ਦਾ ਹੱਲ ਕੱਢ ਸਕੀਏ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਰੇਲਵੇ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਕੋਲ ਪਹੁੰਚ ਜਾਏ, ਤਾਂ ਜੋ ਇਹ ਸਟੇਸ਼ਨਾਂ ਦੇ ਉੱਪਰ ਜਿਹੜੀ ਹੈ ਕਿੱਲਤ ਪਾਣੀ ਦੀ ਆ ਰਹੀ ਹੈ, ਠੰਡੇ ਪਾਣੀ ਦੀ, ਮੁਸਾਫਰਾਂ ਨੂੰ ਜਿਹੜੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦੇ ਤੋਂ ਕੁਝ ਨਾ ਕੁਝ ਨਜਾਤ ਮਿਲ ਸਕੇ। ਕਿ ਵਿਭਾਗ ਜਾਗੇ ਕਿ ਲੋਕ ਛਬੀਲਾਂ ਲਾਉਂਦੇ ਨੇ, ਲੋਕ ਬਹੁਤ ਕੁਝ ਕਰਦੇ ਨੇ ਇੱਥੇ, ਐਵੇਂ ਟੂਟੀਆਂ ਲਾ ਲਾ ਕੇ ਅਸੀਂ ਪੈਸਾ ਕਿਉਂ ਗਰਕ ਕਰ ਰਹੇ ਹਾਂ, ਇਹਨਾਂ ਟੂਟੀਆਂ ਨਾਲ ਸਾਡਾ ਕੋਈ ਨਹੀਂ ਸਵਰਨਾ। ਇਹਦੇ ਨਾਲੋਂ ਇੱਕ ਟੈਂਕੀ ਲਿਆ ਕੇ ਠੰਡੇ ਪਾਣੀ ਦੀ ਲਾ ਲਓ, ਜਿਹਦੇ ਨਾਲ ਲੋਕਾਂ ਨੂੰ ਕੋਈ ਸੁਵਿਧਾ ਮਿਲ ਜਾਵੇ। ਸੋ ਥੋੜ੍ਹੇ ਸਮੇਂ ਤੱਕ ਟ੍ਰੇਨ ਆਉਂਦੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਅਸਲ 'ਚ ਕਾਰਨ ਕੀ ਹੈ, ਕਿਉਂ ਇੱਥੇ ਕਿੰਨਾ ਕਾਰਨਾਂ ਕਰਕੇ ਕਿ ਪਾਣੀ ਦੀ ਟੈਂਕੀ ਨਹੀਂ ਲੱਗ ਰਹੀ। ਆਪਾਂ ਅਧਿਕਾਰੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ, ਗੱਡੀ ਦੇ ਨਾਲ ਮਿਲਾਉਂਦੇ ਹਾਂ ਜੀ।
ਠੰਡਾ ਨਹੀਂ ਗਾ ਕਿਤੇ ਵੀ ਜਾ ਰਹੇ ਹੋ ਕਿਤੇ ਤੁਸੀਂ? ਜਾ ਰਹੇ ਨਹੀਂ, ਇੱਥੇ ਪਾਣੀ ਠੰਡਾ ਪੀਣ ਵਾਲਾ ਨਹੀਂ ਗਾ, ਹੈ ਨਾ? ਗਰਮੀ ਆ, ਗਰਮ ਪਾਣੀ ਭਾਜੀ, ਪਾਣੀ ਲੈਣਾ ਨਲਕਾ ਨਹੀਂ ਹੈਗਾ ਯਾਰ ਇੱਥੇ, ਤੇ ਬੜਾ ਮੰਦਾ ਲੱਗ ਰਿਹਾ, ਗਰਮੀ ਬੜੀ ਹੈ। ਜੀ ਜੀ, ਫਿਰੋਜ਼ਪੁਰ ਤੋਂ ਚੜ੍ਹੇ ਹਾਂ। ਕਿਸੇ ਸਟੇਸ਼ਨ ਤੇ ਪਾਣੀ ਹੈਗਾ? ਬੜਾ ਔਖਾ ਹੋ ਗਿਆ ਜੀ, ਨਹੀਂ ਹੈਗਾ, ਕਿਸੇ ਕਿਸੇ ਤੋਂ ਆਉਣਾ ਹੈ, ਮੇਰੇ ਵੀਰ ਭਰ ਕੇ ਲਿਆ ਜਾਏਗਾ ਤੇ ਕਿਤੇ ਭਾਜੀ। ਇੱਥੇ ਜਿਹੜੇ ਆਪਣੇ ਰੇਲ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ, ਜਿੱਦਾਂ ਦੀ ਗਰਮੀ ਪੈਣ ਰਹੀ ਹੈ ਇੱਦਾਂ ਹੀ, ਮੈਂ ਕਹਿੰਦਾ ਵੀ ਤੁਸੀਂ ਇੱਕ ਦੋ ਵਾਟਰ ਕੂਲਰ ਇੱਥੇ ਠੰਡੇ ਲੱਗੇ ਹੋਣ ਤੇ ਪਾਣੀ ਪੀਣ ਨੂੰ ਸੰਗਤ ਨੂੰ ਵਧੀਆ, ਕਿਉਂਕਿ ਬੜੀ ਜ਼ਿਆਦਾ ਬੱਚੇ ਕਰਲਾਈ ਜਾਂਦੇ ਨੇ, ਗਰਮੀ ਬਹੁਤ ਹੈ, ਪਾਣੀ ਮੰਗ ਕਰ ਰਹੇ। ਬਾਕੀ ਬਜ਼ੁਰਗਾਂ ਨਾਲ ਗੱਲ ਕਰੋ ਪਾਣੀ ਪਰ ਭਾਜੀ, ਪ੍ਰਬੰਧ ਕਰਵਾਉਣੇ ਚਾਹੀਦੇ ਪਾਣੀ ਦੇ, ਬੱਚੇ ਵਿਜ਼ਿਟ ਕਰਦੇ ਨੇ ਤੇ ਕਰਨਾ ਚਾਹੀਦਾ ਸਰਕਾਰ ਦੇ ਉੱਤੇ ਧਿਆਨ। ਗਰਮੀ ਬਹੁਤ ਹੈ ਪਰ ਪਾਣੀ ਦੇ ਜ਼ਰੂਰ ਚਾਹੀਦਾ। ਕੀ ਨਾਂ ਹੈ? ਗੁਰਬਖਸ਼ ਸਿੰਘ ਜੀ। ਕਿੱਥੋਂ ਰਹਿਣ ਵਾਲੇ? ਪਿੰਡ ਮਾਲਮ। ਤੇ ਅੱਜ ਸਟੇਸ਼ਨ ਤੇ ਇੱਥੇ ਤੁਸੀਂ ਕਿੱਦਾਂ ਆਏ ਹੋ? ਅਸੀਂ ਜੀ ਜਾਣਾ ਮਹੂ ਤੱਕ, ਬਾਕੀ ਇੱਥੇ ਆਏ ਹਾਂ। ਇੱਥੇ ਕੋਈ ਪਾਣੀ ਦੀ ਸਮੱਸਿਆ ਹੈ ਨਹੀਂ ਜੀ, ਪੀਣੇ ਵਾਲਾ ਪਾਣੀ ਤਾਂ ਹੈਗਾ ਹੀ ਨਹੀਂ ਜੀ, ਬਿਲਕੁਲ ਪੀਣ ਵਾਲਾ ਪਾਣੀ ਤੱਤਾ ਪਾਣੀ ਹੈ ਬਿਲਕੁਲ, ਬਾਕੀ ਪੀਣ ਦੀ ਤਾਂ ਲਾਇਕ ਤਾਂ ਹੈ ਨਹੀਂ ਗਾ। ਇੱਥੇ ਬਹੁਤ ਸਾਰੇ ਸਵਾਰੀ ਆਉਂਦੀ ਆ ਸਟੇਸ਼ਨ 'ਤੇ, ਸਾਰੇ ਹੀ ਪਰੇਸ਼ਾਨ ਹੁੰਦੇ ਨੇ ਪਾਣੀ ਪੀਣ ਤੋਂ। ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਕੋਈ ਵਾਟਰ ਕੂਲਰ ਲੱਗਿਆ ਜਾਵੇ ਠੰਡੇ ਪਾਣੀ ਵਾਲਾ, ਜੋ ਕਿ ਸਵਾਰੀਆਂ ਨੂੰ, ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਪਾਣੀ ਤੋਂ, ਨਾ ਮਰਨ ਲੋਕ। ਇੱਥੇ ਜੀ ਪਾਣੀ ਤੋਂ ਬਹੁਤ ਜ਼ਿਆਦਾ ਸਮੱਸਿਆ, ਪੀਣ ਵਾਲਾ ਪਾਣੀ ਠੰਡਾ ਤਾਂ ਹੈਗਾ ਹੀ ਨਹੀਂ ਗਾ। ਇੱਥੋਂ ਗਾਂਵ ਵਿੱਚ ਤੁਸੀਂ ਜਾਂਦੇ ਹੋ, ਗਾਂਵ ਕਿਤੇ ਹੁੰਦਾ? ਨਾ ਕਦੇ ਨਹੀਂ ਗਾ ਜੀ, ਨਾ ਮਾਹੂ ਨਾ ਮੱਲਾਂ ਵਾਲੇ, ਕਦੇ ਜਲੰਧਰ ਤੱਕ ਹੈ ਹੀ ਨਹੀਂ ਜੀ ਪਾਣੀ ਠੰਡਾ। ਰੇਲਵੇ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਕਿ ਇੱਥੇ ਸਾਡੇ ਕੋਲ ਹੈਗਾ ਹੀ ਨਹੀਂ ਗਾ ਕਿ ਅਸੀਂ ਇੱਥੇ ਠੰਡੇ ਪਾਣੀ ਦੀ ਕੋਈ ਸੁਵਿਧਾ ਲਾ ਸਕੀਏ। ਰੇਲਵੇ ਵਿਭਾਗ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਪਾਣੀ ਦੀ ਕੋਈ ਫਰਿੱਜ ਜਾਂ ਕੋਈ ਵਾਟਰ ਕੂਲਰ ਲੱਗਿਆ ਜਾਵੇ, ਜੋ ਕਿ ਲੋਕ ਪਾਣੀ ਪੀਣ ਤੋਂ ਸਹੀ ਰਹਿਣ ਆਪਦਾ, ਵੀ ਗਰਮੀ ਬਹੁਤ ਜ਼ਿਆਦਾ, ਦੇਖ ਲਓ ਸਾਡੀ ਹਾਲਤ ਕਿਹੋ ਜਿਹੀ ਹੋਈ ਪਈ ਆ, ਪਸੀਨੋ ਪਸੀਨੀ ਹੋਏ ਖੜੇ ਹਾਂ, ਇੱਥੇ ਪਾਣੀ ਦਾ ਹੈ ਹੀ ਨਹੀਂ ਪੀਣ ਦਾ। ਪਿੰਡ ਇੱਥੋਂ ਜੀ ਹੈਗਾ ਤਾਂ ਲਾਗੇ ਹੀ ਆ, ਬਾਕੀ ਸਵਾਰੀ ਥੋੜ੍ਹਾ ਪਿੰਡ ਲੈ ਕੇ ਜਾਊਗੀ ਜੀ, ਸਵਾਰੀ ਨੇ ਤਾਂ ਇੱਥੇ ਸਟੇਸ਼ਨ 'ਤੇ ਹੀ ਪਾਣੀ ਪੀਣਾ, ਉਹ ਨਹੀਂ ਜਾ ਸਕਦੀ, ਸਵਾਰੀ ਨਹੀਂ ਜਾ ਸਕਦੀ, ਸਵਾਰੀ ਨੇ ਤਾਂ ਸਟੇਸ਼ਨ 'ਤੇ ਹੋਵੇਗਾ ਪਾਣੀ ਠੰਡਾ ਤੇ ਪੀਵੇਗੀ।